ਪੰਜਾਬ ਦੀ ਟੀ ਵੀ ਦੇਖ ਰਹੀ ਸਤ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਗੁਰਮੀਤ ਸਿੰਘ ਖਾਲਸਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਾਬਾ ਬੋਲਿਆ। ਸਤ ਸੰਗਤ ਜੀ, ਜਪਜੀ ਸਾਹਿਬ ਦੀ ਪਹਿਲੀਆਂ ਪੌੜੀਆਂ ਦੀਆਂ ਪਹਿਲੀਆਂ ਹੀ ਚਾਰ ਤੁਕਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਨਿਰਣਾ ਹੈ ਕਿ ਬੌਧਿਕ ਚਤੁਰਾਈ ਦੀ ਉਪਜ ਅਤੇ ਸੁਣੀਆਂ ਸੁਣਾਈਆਂ ਧਾਰਮਿਕ ਯੁਗਤੀਆਂ ਦੇ ਮਾਧਿਅਮ ਨਾਲ ਸਰੀਰਕ ਇਸ਼ਨਾਨ ਵਰਗੇ ਕਰਮ ਕਾਂਡ ਨਾਲ ਸਿਰਫ ਬਾਹਰਲੀ ਸੁੱਚ ਰੱਖਦਿਆਂ ਕਦੀ ਵੀ ਅਤੇ ਕਿਸੇ ਵੀ ਤਰੀਕੇ ਨਾਲ ਮਨ ਸੁੱਚਾ ਨਹੀਂ ਹੋ ਸਕਦਾ। ਮੌਨ ਵਰਤ ਵਰਗੇ ਹੋਰ ਵੀ ਕਈ ਕਰਮ ਜੋ ਅਖੌਤੀ ਧਰਮ ਯੁਗਤੀਆਂ ਦੇ ਟੋਟਕੇ ਅਤੇ ਦਿਖਾਵਾ ਹੁੰਦੇ ਨੇ, ਉਹਨਾਂ ਨਾਲ ਇੰਦਰੀਆਂ ਨੂੰ ਕਾਬੂ ਵਿੱਚ ਰੱਖ ਸਕਣਾ ਅਸੰਭਵ ਹੁੰਦਾ ਹੈ। ਜਦੋਂ ਮਨੁੱਖ ਸੁੱਤਾ ਪਿਆ ਹੁੰਦਾ ਹੈ, ਉਸ ਦੀ ਜੀਭ, ਉਸਦਾ ਮੂੰਹ ਅਤੇ ਸਾਰਾ ਸਰੀਰ ਸ਼ਾਂਤ ਹੁੰਦਾ ਹੈ, ਪਰ ਉਸਦਾ ਮਨ ਦਿਮਾਗ ਉਦੋਂ ਵੀ ਦੁਨਿਆਵੀ ਉਧੇੜਬੁਣ ਵਿੱਚ ਲੱਗਿਆ ਹੁੰਦਾ ਹੈ। ਸੋ ਮੌਨ ਤਾਰਨ ਦੇ ਰੂਪ ਵਿੱਚ ਬਾਹਰੀ ਚੁੱਪ ਸਦਕਾ ਮਨ ਅਤੇ ਆਤਮਾ ਦੀ ਚੁੱਪ ਭਾਵ ਟਿਕਾਓ ਹਾਸਲ ਨਹੀਂ ਕੀਤਾ ਜਾ ਸਕਦਾ। ਤਾਂ ਫਿਰ ਸਵਾਲ ਖੜ੍ਹਾ ਹੁੰਦਾ ਹੈ ਕਿ ਕਿਵੇਂ ਸਚਿਆਰਾ ਹੋਵੀਏ, ਸਚਿਆਰਾ ਕਿਵੇਂ ਹੋਈਏ। ਸਚਿਆਰ ਤੋਂ ਭਾਵ ਸੱਚ, ਖਰਾ, ਸੱਚ ਨੂੰ ਪਿਆਰ ਕਰਨ ਵਾਲਾ, ਗਿਆਨਵਾਨ, ਸੁਚੱਜਾ, ਚੰਗੇ ਆਚਰਣ ਵਾਲਾ। ਪਰ ਸਤ ਸਰੂਪ ਸਚਿਆਰ ਪ੍ਰਭੂ ਦਾ ਰੂਪ ਕਿਵੇਂ ਹੋਇਆ ਜਾਵੇ, ਸਾਡਾ ਮਨ ਇਸ ਯੋਗ ਕਿਵੇਂ ਬਣੇ ਕਿ ਉਸ ਅੰਦਰ ਅਕਾਲ ਪੁਰਖ ਦੇ ਦੈਵੀ ਗੁਣਾਂ ਦਾ ਪ੍ਰਕਾਸ਼ ਹੋ ਸਕੇ। ਸਾਡੇ ਜੀਵਨ ਵਿਹਾਰ ਵਿੱਚੋਂ ਸੱਚਾਈ, ਸਮਾਨਤਾ, ਦਿਸ਼ਟਤਾ, ਨਿਰਭੈਤਾ ਅਤੇ ਨਿਰਵੈਰਤਾ ਵਰਗੇ ਗੁਣ ਰੱਬੀ ਗੁਣਾਂ ਦੇ ਝਲਕਾਰੇ ਵੱਜਣ ਲੱਗ ਪੈਣ। ਮਨੁੱਖ ਦੀ ਕਰਮ ਭੂਮੀ ਉਸ ਦੀ ਮੱਤ ਹੁੰਦੀ ਹੈ, ਜੋ ਉਸ ਨੂੰ ਉਸ ਦੇ ਮਾਤਾ ਪਿਤਾ ਅਤੇ ਪਾਲਣ ਪੋਸ਼ਣ, ਗਿਆਨ ਅਤੇ ਉਸਦੀ ਰਹਿਣੀ ਬਹਿਣੀ 'ਤੇ ਨਿਰਭਰ ਕਰਦੀ ਹੈ। ਰਹਿਣੀ ਬਹਿਣੀ ਭਾਵ ਉਸਦੇ ਯਾਰ ਮਿੱਤਰ, ਉਸਦੀ ਗਿਆਨ, ਉਸਨੂੰ ਜੋ ਉਸਨੂੰ ਸੁਣਨ ਨੂੰ, ਦੇਖਣ ਨੂੰ, ਪਰਖਣ ਨੂੰ ਸਮਾਜ ਮਿਲ ਰਿਹਾ ਹੈ। ਸੋ ਬਹੁਤ ਸਾਰੇ ਮਨੁੱਖਾਂ ਨੂੰ ਇਹ ਗੁਣ ਵਿਰਾਸਤ ਵਿੱਚ ਹੀ ਮਿਲ ਜਾਂਦੇ ਨੇ, ਜਿਨ੍ਹਾਂ ਸਦਕਾ ਉਹ ਦੁਨਿਆਵੀ ਜ਼ਿੰਦਗੀ ਦੇ ਸਫ਼ਰ ਦੌਰਾਨ ਉੱਚੀਆਂ ਮੰਜ਼ਿਲਾਂ ਹਾਸਲ ਕਰ ਲੈਂਦੇ ਨੇ ਅਤੇ ਉਸ ਪ੍ਰਭੂ ਦੇ ਸ਼ੁਕਰਗੁਜ਼ਾਰ ਵੀ ਹੁੰਦੇ ਨੇ। ਪਰ ਕਰਮ ਖੰਡ ਭਾਵ ਸਚਿਆਰਾ ਹੋਣ ਦੀ ਅਵਸਥਾ ਤੱਕ ਪਹੁੰਚ ਕੇ ਅਤੇ ਬਿਨਾਂ ਅਭਿਆਸ ਦੇ ਉਹਨਾਂ ਦੀ ਮਨ ਬਿਰਤੀ ਦਾ ਰੂਪ ਬਦਲ ਜਾਂਦਾ ਹੈ। ਮਿਸਾਲ ਵਜੋਂ ਉਹ ਮਨੁੱਖ ਕਿਸੇ ਸੰਸਥਾ ਅਤੇ ਚੰਗੇ ਅਹੁਦੇ 'ਤੇ ਨਿਯੁਕਤ ਹੋ ਜਾਂਦਾ ਹੈ। ਉਸ ਵੇਲੇ ਉਸ ਦੇ ਸੰਸਕਾਰ ਅਤੇ ਆਦਤਾਂ ਦੋਵੇਂ ਹੀ ਉਸ 'ਤੇ ਹਾਵੀ ਹੋ ਜਾਂਦੀਆਂ ਨੇ, ਜਿਵੇਂ ਕਿ ਉਹ ਆਪਣੇ ਸੰਸਕਾਰਾਂ ਨਾਲ ਤਾਂ ਸਭ ਨੂੰ ਮੋਹਿਤ ਕਰ ਲੈਂਦਾ ਹੈ, ਪਰ ਆਪਣੀ ਰਹਿਣੀ ਬਹਿਣੀ ਅਤੇ ਆਦਤਾਂ ਕਾਰਨ ਉਹ ਆਪਣੀ ਧੀ ਤੋਂ ਵੀ ਛੋਟੀ ਉਮਰ ਦੀਆਂ ਸਹਿਕਰਮੀਆਂ ਨੂੰ ਗਲਤ ਨਜ਼ਰ ਨਾਲ ਦੇਖਣ ਲੱਗ ਪੈਂਦਾ ਹੈ ਅਤੇ ਹਰ ਵੇਲੇ ਉਹ ਐਸਾ ਮਾਹੌਲ ਬਣਾਈ ਰੱਖਦਾ ਹੈ ਕਿ ਹਰ ਕੋਈ ਉਸਨੂੰ ਖੌਫ ਦੀ ਨਿਗਾਹ ਨਾਲ ਦੇਖਦਾ ਹੈ ਅਤੇ ਖੌਫ ਖਾਂਦਾ ਹੈ ਅਤੇ ਉਸ ਮੁਤਾਬਕ ਸਮਝੌਤੇ 'ਤੇ ਹੀ ਉਸਦੀ ਗੱਲ ਮੰਨੀ ਜਾਂਦੀ ਹੈ। ਨਹੀਂ ਤਾਂ ਉਹ ਹਾਲਾਤ ਨੂੰ ਆਪਣੇ ਹਿਸਾਬ ਨਾਲ ਵਰਤ ਕੇ ਕਿਸੇ ਨੂੰ ਵੀ, ਭਾਵੇਂ ਉਹ ਸਚਿਆਰ ਹੀ ਕਿਉਂ ਨਾ ਹੋਵੇ, ਉਸਨੂੰ ਵੀ ਬਾਹਰ ਦਾ ਰਸਤਾ ਦਿਖਾ ਦਿੰਦਾ ਹੈ। ਅਤੇ ਜੇ ਕਿਤੇ ਨੌਕਰੀ ਤੋਂ ਕੱਢੇ ਹੋਏ ਕਰਮਚਾਰੀ ਵਰਗਾ ਕੋਈ ਹੋਰ ਨਾ ਮਿਲੇ ਤਾਂ ਆਪਣੀ ਕਲਾ ਵਰਤ ਕੇ ਫਿਰ ਉਸ ਕਰਮਚਾਰੀ ਨੂੰ ਰੱਖ ਸਕਦਾ ਹੈ ਕਿ ਉਹ ਉਸਦੀ ਮਰਸੀ ਭਾਵ ਦਇਆ 'ਤੇ ਹੀ ਸੀਮਤ ਰਹੇ। ਇੱਥੇ ਉਸਨੂੰ ਆਪਣੇ ਉੱਚ ਅਧਿਕਾਰੀਆਂ ਜਾਂ ਮਾਲਕਾਂ ਵੱਲੋਂ ਦਿੱਤੀ ਜ਼ਿੰਮੇਵਾਰੀ ਯਾਦ ਨਹੀਂ ਰਹਿੰਦੀ, ਸਗੋਂ ਆਪਣੇ ਰੁਤਬੇ ਦੀ ਆਕੜ, ਹਉਮੈ, ਅਹੰਕਾਰ, ਈਰਖਾ ਅਤੇ ਦਵੈਤਾ ਵਿੱਚ ਚੁਸਤੀ ਵਰਤ ਕੇ ਉਹ ਆਪਣੇ ਉੱਚ ਅਧਿਕਾਰੀਆਂ ਜਾਂ ਮਾਲਕਾਂ ਨੂੰ ਉਹੀ ਦ੍ਰਿਸ਼ ਦਿਖਾਉਂਦਾ ਹੈ ਜੋ ਉਹ ਦੇਖਣਾ ਚਾਹੁੰਦੇ ਨੇ, ਭਾਵ ਜੋ ਮਾਲਕ ਉਸ ਤੋਂ ਐਕਸਪੈਕਟ ਕਰਦੇ ਨੇ ਉਹੀ ਉਹਨੂੰ ਪਿਕਚਰ ਦਿਖਾ ਦਿੰਦਾ ਹੈ। ਉਹ ਝੂਠੀ ਪਿਕਚਰ ਹੁੰਦੀ ਹੈ, ਭਾਵ ਉਹ ਆਪਣੇ ਉੱਚ ਅਧਿਕਾਰੀਆਂ ਨੂੰ ਆਪਣੀ ਮਾਇਆ ਨਾਲ ਅੰਨਾ ਅਤੇ ਬੋਲਾ ਕਰ ਦਿੰਦਾ ਹੈ। ਇੱਥੇ ਉਹ ਮਨੁੱਖ ਸਚਿਆਰ ਹੋਣ ਦਾ ਦਾਅਵਾ ਕਰਦਾ ਹੈ। ਉਹ ਹਰ ਬੰਦੇ ਦੇ ਹਾਲਾਤਾਂ, ਲਿੰਗ ਅਤੇ ਰੁਤਬੇ ਅਨੁਸਾਰ ਮੂੰਹ 'ਤੇ ਸਚਿਆਰਾ ਅਤੇ ਮਿੱਠਾ ਬਣਦਾ ਹੈ, ਪਰ ਦੂਜੇ ਪਾਸੇ ਉਹ ਆਤਮਾ 'ਤੇ ਘਾਤਕ ਉਹਨਾਂ ਦੇ ਵਾਰ ਕਰਦਾ ਹੈ। ਪਰ ਪਹਿਲੀ ਪਾਤਸ਼ਾਹੀ ਅਨੁਸਾਰ ਗੁਰਬਾਣੀ ਵਿੱਚ ਸਚਿਆਰ ਮਨੁੱਖ ਦੀ ਪਰਿਭਾਸ਼ਾ ਹੀ ਇਹੀ ਹੈ ਕਿ ਉਹ ਗੁਰੂ ਦੀ ਮਤ ਅਨੁਸਾਰ ਵਿਚਰਦਾ ਹੋਇਆ ਜਗਤ ਦੇ ਮੂਲ ਪਰਮਾਤਮਾ ਨੂੰ ਆਪਣੀ ਸੋਚ,
ਮੰਡਲ ਵਿੱਚ ਟਿਕਾ ਕੇ ਹਉਮੈ ਅਹੰਕਾਰ ਤੇ ਈਰਖਾ ਦ੍ਵੈਤ ਤੇ ਹੋਰ ਅਵਗੁਣਾਂ ਨੂੰ ਤਿਆਗਦਾ ਅਤੇ ਰੱਬੀ ਗੁਣਾਂ ਦਾ ਗ੍ਰਾਹਕ ਹੋ ਕੇ ਸੱਚੇ ਸੁੱਚੇ ਆਚਰਣ ਵਾਲੀ ਸ੍ਰੇਸ਼ਟ ਕਿਰਤ ਕਮਾਉਂਦਾ ਹੈ। ਉਸ ਦੇ ਅੰਦਰ ਨਿਰੰਤਰ ਸਾਜਨ ਮੀਤ ਸੁਜਾਨ ਸਖਾਤੂ ਦੀ ਧੁਨ ਉੱਠਦੀ ਰਹਿੰਦੀ ਹੈ ਅਤੇ ਰੱਬ ਦੀ ਮਿੱਤਰਤਾ ਅਤੇ ਅੰਤਰਯਮਤਾ ਦਾ ਅਜਿਹਾ ਸਿਮਰਨ ਉਸਦੇ ਮਨ ਵਿੱਚ ਚੱਲਦਾ ਰਹਿੰਦਾ ਹੈ ਕਿ ਉਹਦਾ ਮਾਨਸਿਕ ਭਟਕਾਓ ਤੋਂ ਵੀ ਉਹ ਬਚ ਕੇ ਅਤੇ ਬਖਸ਼ੇ ਜਾਣ ਦਾ ਦਿਲਾਸਾ ਵੀ ਦੇਈ ਰੱਖਦਾ ਹੈ। ਪਰ ਪਹਿਲੀ ਪਾਤਸ਼ਾਹੀ ਅਨੁਸਾਰ ਗੁਰਬਾਣੀ ਵਿੱਚ ਸਚਿਆਰ ਮਨੁੱਖ ਦੀ ਪਰਿਭਾਸ਼ਾ ਇਹ ਹੀ ਹੈ ਕਿ ਉਹ ਗੁਰੂ ਦੀ ਮਤ ਅਨੁਸਾਰ ਵਿਚਰਦਾ ਹੋਇਆ ਜਗਤ ਦੇ ਮੂਲ ਪਰਮਾਤਮਾ ਨੂੰ ਆਪਣੀ ਸੋਚ ਮੰਡਲ ਵਿੱਚ ਟਿਕਾ ਕੇ ਹਉਮੈ ਅਹੰਕਾਰ ਅਤੇ ਈਰਖਾ ਦ੍ਵੈਤ ਆਦਿਕ ਅਵਗੁਣਾਂ ਨੂੰ ਤਿਆਗਦਾ ਅਤੇ ਰੱਬੀ ਗੁਣਾਂ ਦਾ ਗ੍ਰਾਹਕ ਹੋ ਕੇ ਸੱਚੇ ਸੁੱਚੇ ਆਚਾਰ ਵਾਲੀ ਸ੍ਰੇਸ਼ਟ ਕਿਰਤ ਕਮਾਉਂਦਾ ਹੈ। ਉਸ ਦੇ ਅੰਦਰ ਨਿਰੰਤਰ ਸਾਜਨ ਮੀਤ ਸੁਜਾਨ ਸਖਾਤੂ ਦੀ ਧੁਨ ਉੱਠਦੀ ਰਹਿੰਦੀ ਹੈ ਅਤੇ ਰੱਬ ਦੀ ਮਿੱਤਰਤਾ ਅਤੇ ਅੰਤਰਯਾਮਤਾ ਦਾ ਅਜਿਹਾ ਸਿਮਰਨ ਉਸ ਨੂੰ ਮਾਨਸਿਕ ਭਟਕਣਾਂ ਤੋਂ ਵੀ ਬਚਾ ਕੇ ਬਖਸ਼ੇ ਜਾਣ ਦਾ ਦਿਲਾਸਾ ਵੀ ਦੇਈ ਰੱਖਦਾ ਹੈ। ਗੁਰੂ ਨਾਨਕ ਸਾਹਿਬ ਜੀ ਦੀ ਆਪਣੀ ਜ਼ਿੰਦਗੀ ਇਸ ਹਕੀਕਤ ਦੀ ਆਪ ਗਵਾਹ ਹੈ। ਹਜ਼ੂਰ ਨੇ ਫਰਮਾਇਆ ਹੈ ਕਿ ਹਰ ਵੇਲੇ ਹਾਜ਼ਰ ਨਾਜ਼ਰ ਪਰਮਾਤਮਾ ਦੀ ਯਾਦ ਨੂੰ ਹਿਰਦੇ ਵਿੱਚ ਸੰਭਾਲ ਕੇ ਜਿਉਣ ਨਾਲ ਮੇਰਾ ਮਨ ਨਿਰਮਲ ਹੋ ਗਿਆ ਹੈ ਅਤੇ ਜੀਵਨ ਪੰਥ ਵਿੱਚ ਮੈਂ ਆਪਣੇ ਅੰਦਰੋਂ ਔਗੁਣ ਮਿਟਾ ਕੇ ਤੁਰ ਰਿਹਾ ਹਾਂ, ਭਾਵ ਔਗੁਣ ਮਿਟਾ ਕੇ ਹੀ ਵਿਚਰ ਰਿਹਾ ਹਾਂ। ਇੱਥੇ ਗੁਰਮਤਿ ਦਾ ਇਹ ਪੱਖ ਵੀ ਸਪਸ਼ਟ ਹੋ ਜਾਂਦਾ ਹੈ ਕਿ ਸਤ ਸੰਤੋਖ ਆਦਿਕ ਦੇਵੀ ਗੁਣਾਂ ਦਾ ਸਾਥ ਹੀ ਅਸਲ ਵਿੱਚ ਰੱਬ ਦਾ ਸੱਚਾ ਸਾਥ ਹੈ। ਸੋ ਕਿਵ ਕੂੜੇ ਟੁੱਟੇ ਭਾਲ, ਜਿਵੇਂ ਪਹਿਲਾ ਸਵਾਲ ਸੀ ਕਿ ਕਿਵ ਸਚਿਆਰਾ ਹੋਈਏ, ਤਿਵੇਂ ਹੀ ਦੂਜਾ ਸਵਾਲ ਉੱਠਦਾ ਹੈ ਕਿ ਕਿਵ ਕੂੜੇ ਟੁੱਟੇ ਭਾਲ, ਸਾਡੇ ਅੰਦਰੋਂ ਕੂੜ ਦੀ ਕੰਧ ਕਿਵੇਂ ਟੁੱਟੇ, ਭਾਵ ਸਾਡੇ ਅਤੇ ਪਰਮਾਤਮਾ ਵਿਚਕਾਰ ਵਿੱਥ ਪੈਦਾ ਕਰਨ ਵਾਲੀ ਹਉਮੈ ਆਦਿਕ ਵਿਕਾਰਾਂ ਦੀ ਉਹ ਭਰਮ ਦੀ ਕੰਧ ਕਿਵੇਂ ਡਿੱਗੇ ਜਿਹੜੀ ਸਾਨੂੰ ਅਕਾਲ ਪੁਰਖ ਵਿੱਚ ਲੀਨ ਹੋ ਕੇ ਜਿਉਣ ਵਿੱਚ ਰੁਕਾਵਟ ਬਣ ਰਹੀ ਹੈ, ਸਾਡੇ ਮਨ ਵਿੱਚੋਂ ਮਾਇਆ ਮੋਹ ਦੀ ਉਹ ਮੈਲ ਕਿਵੇਂ ਨਿਕਲੇ ਜਿਹੜੀ ਸਾਨੂੰ ਅੰਦਰ ਬਾਹਰ ਹਰੇਕ ਥਾਂ ਅਤੇ ਹਰੇਕ ਜੀਵ ਵਿੱਚ ਸਭ ਆਪੇ ਸਚਿਆਰ ਦਾ ਅਹਿਸਾਸ ਨਹੀਂ ਹੋਣ ਦੇ ਰਹੀ। ਇਹ ਹੀ ਆਖਿਆ ਜਾ ਸਕਦਾ ਹੈ ਕਿ ਸਾਡੇ ਅਤੇ ਪਰਮਾਤਮਾ ਦੇ ਦਰਮਿਆਨ ਅਗਿਆਨਤਾ ਕਾਰਨ ਪੈਦਾ ਹੋਈਆਂ ਉਹ ਪਰਦਾ ਕਿਵੇਂ ਹਟੇ ਜਿਹੜਾ ਸਾਡੀ ਮਾਲਕ ਪ੍ਰਭੂ ਦੀ ਨੇੜਤਾ ਅਤੇ ਮਿਲਾਪਤਾ ਦਾ ਆਨੰਦ ਮਾਨਣ ਵਿੱਚ ਰੁਕਾਵਟ ਬਣ ਰਿਹਾ ਹੈ। ਸਤਸੰਗਤ ਜੀ, ਇੱਥੇ ਕੂੜ ਦੀ ਜਿਸ ਕੰਧ ਨੂੰ ਤੋੜਨ ਦਾ ਸਵਾਲ ਉੱਠਿਆ ਹੈ ਉਸ ਨੂੰ ਗੁਰਬਾਣੀ ਵਿੱਚ ਕੂੜੇ ਕੀ ਮੱਲ ਕਹਿੰਦੇ ਨੇ। ਹਉ ਪੀਤੀ, ਹਉਮੈ ਪੀਤੀ, ਭਰਮ ਪੀਤੀ ਅਤੇ ਭਰਮ ਪਰਦਾ ਵੀ ਆਖਿਆ ਜਾਂਦਾ ਹੈ। ਪੀਤੀ ਦਾ ਅਰਥ ਹੈ ਕੰਧ, ਦੀਵਾਰ ਜਾਂ ਪਰਦਾ। ਸੂਰਮੇ ਭਾਵ ਗੁਰੂ ਦੀ ਅਗਵਾਈ ਵਿੱਚ ਆਪਣੇ ਅੰਦਰੋਂ ਕੂੜ ਦੀ ਪਾਲ, ਪਰਦਾ ਜਾਂ ਦੀਵਾਰ ਨੂੰ ਤੋੜਨ ਵਾਲਾ ਗੁਰਮੁਖ ਮਨੁੱਖ ਆਪਣੇ ਆਲੇ ਦੁਆਲੇ ਅਤੇ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਖੇਤਰ ਵਿੱਚ ਕਈ ਕਿਸਮ ਦੇ ਵਹਿਮਾਂ ਭਰਮਾਂ, ਫੋਕੇ ਕਰਮਕਾਂਡਾਂ, ਊਚ ਨੀਚ ਦੇ ਵਿਤਕਰਿਆਂ, ਅਨਿਆਂ ਅਤੇ ਧੱਕੇਸ਼ਾਹੀਆਂ ਦੀਆਂ ਉਸਰੀਆਂ ਬੇਲੋੜੀਆਂ ਕੰਧਾਂ ਨੂੰ ਤੋੜਨ ਲਈ ਵੀ ਯਤਨਸ਼ੀਲ ਰਹਿੰਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਚਿਆਰ ਸਤਿਗੁਰਾਂ, ਭਗਤਾਂ ਅਤੇ ਭੱਠਾਂ ਦੀ ਦਰਜ ਬਾਣੀ ਇਸ ਹਕੀਕਤ ਦੀ ਅਟੁੱਟ ਗਵਾਹ ਹੈ। ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਭਾਲ ਦੇ ਸਵਾਲ ਪੜ੍ਹਨ ਸੁਣਨ ਨੂੰ ਤਾਂ ਭਾਵੇਂ ਦੋ ਇਹ ਜਾਪਦੇ ਨੇ, ਪਰ ਇਸ ਵਿੱਚ ਮੁੱਖ ਮਸਲਾ ਇੱਕ ਇਹ ਹੈ ਕਿ ਸਚਿਆਰ ਕਿਵੇਂ ਬਣਿਆ ਜਾਵੇ। ਸਾਡੀ ਜ਼ਿੰਦਗੀ ਦੇ ਹਰੇਕ ਖੇਤਰ, ਭਾਵੇਂ ਉਹ ਨਿੱਜੀ, ਭਾਵੇਂ ਪਰਿਵਾਰਕ, ਸਮਾਜਿਕ, ਧਾਰਮਿਕ, ਆਰਥਿਕ ਜਾਂ ਕੋਈ ਹੋਰ ਜਾਂ ਰਾਜਨੀਤਿਕ ਵੀ ਹੋ ਸਕਦਾ ਹੈ, ਇਹ ਸਾਰੀਆਂ ਅਵਸਥਾਵਾਂ ਵਿੱਚ ਵਰਤਾਰਾ ਸੱਚ 'ਤੇ ਆਧਾਰਿਤ ਕਿਵੇਂ ਹੋਵੇ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਨਜ਼ਰ ਵਿੱਚ ਸੱਚ ਨੂੰ ਦ੍ਰਿੜ ਭਾਵ ਕਾਇਮ ਰੱਖ ਕੇ ਜਿਉਣ ਦਾ ਨਾਮ ਹੀ ਧਰਮ ਹੈ। ਗੁਰਵਾਕ ਹੈ, ਏਕੋ ਧਰਮ ਦ੍ਰਿੜੈ ਸੱਚ ਗੋਏ, ਅੰਗ 1177, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ऐसे मनुख नू बोलन दी लोड़ ही नहीं पैंदी कि मैं सच हाँ, क्योंकि उसकी सच्ची करनी ते विचार विचरण इस सच्चाई की साखी भर रहे होंगे ने। गुरवाक एक होर है कि सुनी मन अंधे कुत्ते कुड़ियार, बिन बोले बुझिए सच्यार। अंग 662 श्री गुरु ग्रंथ साहिब जी महाराज। सच्यार लफ्ज़ का एक अर्थ है सच जा वणजारा, सच का वपारी। गुरु नानक साहिब जी फरमाते ने कि उस मनुख की माँ भागा वाली है जेड़ा गुरु बख्शे ज्ञान ध्यान की बदौलत नाम तीर्थ विच इशनान करके अपने मन अंदर मैल नू धो के सच्यारा हो जाता है। जेड़ा गुरु के शब्द राही मन नू वस करके उस माया मोह वलों मर जाता है, भाव माया उसते हमला नहीं कर सकती, माया मोह उसते हमला नहीं कर सकता, उस वलों वह मर चुकया होंदा है। सो उत्थे माया ते मोह दा वस नहीं चलता, जिस कारण मनुख कूड़ दा वपारी भाव कूड़ियार बन जाता है, क्योंकि ऐसा मनुख सच्चे प्रभु की हजूरी विच सच्चा ते सच दा वपारी मन्या जाता है। इसलिए असी कह सकते हाँ कि आप सच्चे होण अते होरना नू हर वेले सच तो जाणू करांदिया सच दे चंद्रमा की रोशनी समाज के भाईचारे जीवन चो कूड़ की अवस्था नू मिटाउण लई यतनशील रहना ही सच दा वणज है, सच दा वपार है। असल विच यही है नाम जपना ते जपाउणा, क्योंकि जदों गोरख मत दे सिद्धा ने गुरु जी नू सवाल किया कि किस वखर के तुम बन जा रहे, क्यों कर साथ लंघावो पारे। अंग 939 श्री गुरु ग्रंथ साहिब जी महाराज। इस सवाल दे उत्तर विच सतगुरां ने यही फरमाया सी कि असी सच दे वपारी हाँ, अते सिद्धा नू यही सलाह दित्ती कि जे संसार समुद्र तो तुसी पार उतरना चाहुंदे हो तां गुरमुख बनो, भाव अकाल पुरख दे सन्मुख होके जीवो। ते फरमाया सी कि साच वखर के हम बन जा रहे, नानक गुरमुख उतर सपारे। गुरबाणी विच गुरमुखां दे लक्षण इंज दसे ने कि ऐसे जागरूक मनुखां लई वर्त आदिक रखण दा नेम, शरीरिक पवित्रता हठ योग दियां क्रियावां ते मौन समाधियां राही इंद्रियां नू रोकण दे जतन, ये सब कुछ प्रभु दे हुकम मनना ही हो गया है अजकल दी गल। पर भाव ओ वडभागी इहो जिहे कर्मकांड नहीं करदे ते सिर्फ गुरु शब्द विचार के रब्बी हुकम नू समझ के उस दे पाणे विच जिउंदे ने। खसम प्रभु दा हुकम चेते रखना उना लई सिमरन ते उस नू मनना भगती बन गया जांदा है। ए समझ पै जांदी है कि जेड़ियां जीव इस्त्रियां गुरु दी शरण पिया रहिंदियां ने ओ परमात्मा दी रजा नू समझ के सदा लई सुहागण बन जांदियां ने, अते इस तरीके अपनी खुशी नाल हुकम विच लीन हो के जिउंदे जी प्रभु विच लीन होना ही असल सच्यार है। यही कारण है कि गुरु जी ने जदों जप जी साहिब विच संसार सामने दो अहम सवाल खड़े किए कि किव सच्यार होइए किव कूड़े टुटे पाल, अते नाल ही इन्हां सवालों के जवाब विच इको एक अत संखेप भावपूर्ण ते विज्ञानिक उत्तर भी दिता, हुकम रजाई चलना यानी रजा वाले दे हुकम विच चलना, भाव करता पुरख दे निर्मल भाव विच रहिंदियां भाव भाव डर। उस वेले संसार नू चलाउण लई कायम किते गए सर्ब सांझे ते मानवता भरपूर अटल कुदरती नियमां नू समझ के उस अनुसार खुशी विच सहजमई जीवन जिउणा ही इको एक विधि है, इको एक तरीका है। इस मुताबिक साडे अंदरों कूड़ दी पाल जां कंध टुट जांदी है, होमें ते होर विकारां अते बौद्धिक चतुराइयां अधीन कीते जाण वाले विखावे ते कर्मकांडां दी मैल जिहड़ी त्रेड़ है वह मिट जांदी है। हुकम मन्नण दा साधन विच आद सच जुगाद सच है भी सच वर्गा सदा थिर रहन वाले हुक्मी प्रभु दी होन दा अटल विश्वास अते उस दी
ਹਜ਼ੂਰੀ ਦਾ ਅਹਿਸਾਸ ਭਾਵ ਨਿਰਮਲ ਭਾਵ ਜਾਂ ਡਰ ਜਿਹੜਾ ਸਾਡੇ ਅੰਦਰ ਲੋਭ ਮੋਹ ਅਤੇ ਅਹੰਕਾਰ ਵਰਗੇ ਵਿਕਾਰਾਂ ਵਾਲੇ ਦੁਰਮਤ ਕੂੜ ਦੀ ਖੋਟ ਨੂੰ ਕੱਢ ਕੇ ਮਾਲਕ ਦੇ ਖਜ਼ਾਨੇ ਵਿੱਚ ਪੈਣ ਯੋਗ ਖਰਾ ਸਚਿਆਰ ਬਣਾਉਣ ਲਈ ਸਹਾਇਕ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਦਾ ਐਲਾਨ ਹੈ ਕਿ ਜਿਹੜਾ ਮਨੁੱਖ ਰਜ਼ਾ ਦੇ ਮਾਲਕ ਪ੍ਰਭੂ ਪਾਤਸ਼ਾਹ ਦੇ ਹੁਕਮ ਵਿੱਚ ਚੱਲਦਾ ਹੈ ਉਹੀ ਖਰਾ ਸਿੱਕਾ ਬਣ ਕੇ ਉਸ ਦੇ ਖਜ਼ਾਨੇ ਵਿੱਚ ਪੈਂਦਾ ਹੈ। ਭਾਵ ਸਾਂਝਾ ਬਣ ਆਉਂਦੀਆਂ ਨੇ ਉਹਦੀਆਂ ਅਕਾਲ ਪੁਰਖ ਦੇ ਨਾਲ। ਜੋਗੀ ਚਰਪਟ ਨਾਥ ਨੇ ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ ਕਿ ਹੇ ਬਾਲਕ ਦੱਸੋ ਕਿ ਤੁਸੀਂ ਕਿਸ ਆਸਰੇ ਸ਼ਾਂਤ ਚਿੱਤ ਰਹਿੰਦੇ ਹੋ, ਤੁਹਾਡੀ ਸੁਰਤ ਕਿਵੇਂ ਜੁੜਦੀ ਹੈ, ਤੁਸੀਂ ਕਿੱਥੋਂ ਆਉਂਦੇ ਹੋ ਅਤੇ ਕਿੱਥੇ ਜਾਂਦੇ ਹੋ, ਤੁਹਾਡਾ ਮਤ ਕੀ ਹੈ। ਬਾਲ ਰੂਪ ਗੁਰੂ ਜੀ ਨੇ ਉੱਤਰ ਦਿੱਤਾ ਕਿ ਅਸੀਂ ਸਰਬ ਵਿਆਪਕ ਪ੍ਰਭੂ ਦੀ ਯਾਦ ਵਿੱਚ ਜੁੜ ਕੇ ਸਦਾ ਸ਼ਾਂਤ ਚਿੱਤ ਰਹਿੰਦੇ ਹਾਂ, ਅਸੀਂ ਸਤਿਗੁਰੂ ਦੀ ਮਰਜ਼ੀ ਵਿੱਚ ਚੱਲਦੇ ਹਾਂ, ਪ੍ਰਭੂ ਦੇ ਹੁਕਮ ਵਿੱਚ ਹੀ ਜਗਤ ਵਿੱਚ ਆਏ ਹਾਂ, ਉਸ ਦੇ ਹੁਕਮ ਵਿੱਚ ਹੀ ਇੱਥੇ ਵਿਚਰ ਰਹੇ ਹਾਂ। ਪੱਕੇ ਆਸਣ ਵਾਲਾ ਸਦਾ ਟਿਕੇ ਰਹਿਣ ਵਾਲਾ ਅਤੇ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ ਹੈ। ਨਾਨਕ ਲਿਖਿਆ ਨਾਲ ਭਾਵ ਪ੍ਰਭੂ ਨੇ ਜੀਵ ਵਿਚਲੀ ਤਰੇੜ ਮਿਟਾਉਣ ਵਾਲਾ ਹੁਕਮ ਰਜਾਈ ਚੱਲਣ ਦਾ ਇਹ ਸਰਬ ਸਾਂਝਾ ਤਰੀਕਾ ਕੋਈ ਨਵਾਂ ਨਹੀਂ ਹੈ। ਇਹ ਕਾਦਰ ਦੀ ਕੁਦਰਤ ਦਾ ਇੱਕ ਅਟਲ ਨਿਯਮ ਹੈ ਜਿਹੜਾ ਜੀਵ ਦੇ ਨਾਲ ਧੁਰ ਤੋਂ ਹੀ ਚੱਲਿਆ ਆ ਰਿਹਾ ਹੈ। ਜਦ ਤੋਂ ਜਗਤ ਬਣਿਆ ਹੈ ਪ੍ਰਭੂ ਨੇ ਜੀਵ ਨੂੰ ਹੁਕਮ ਦੀ ਕਾਰ ਕਮਾਉਣ ਲਈ ਹੀ ਜਗਤ ਵਿੱਚ ਭੇਜਿਆ ਹੈ। ਧੁਰਕੀ ਬਾਣੀ ਵਿੱਚ ਸਤਿਗੁਰੂ ਨੂੰ ਹਰੀ ਦਰਗਾਹ ਦਾ ਬਸੀਠ ਭਾਵ ਦੂਤ ਵਕੀਲ ਜਾਂ ਵਿਚੋਲਾ ਵੀ ਮੰਨਿਆ ਗਿਆ ਹੈ। ਗੁਰੂ ਵਾਕ ਹੈ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੁੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਅੰਗ 957 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਵਕੀਲ ਦਾ ਮੁੱਖ ਕੰਮ ਹੁੰਦਾ ਹੈ ਸੰਵਿਧਾਨ ਦੀ ਵਿਆਖਿਆ ਕਰਨੀ। ਗੁਰੂ ਵਾਕ ਹੈ ਹਉ ਅਪਾਹੂ ਬੋਲੇ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਉ ਜੀਓ। ਅੰਗ 763 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤੋ ਕੋਈ ਸ਼ੱਕ ਨਹੀਂ ਹੈ, ਨਹੀਂ ਰਹਿ ਜਾਂਦਾ ਕਿ ਉਹਨਾਂ ਨੇ ਗੁਰਬਾਣੀ ਮੁਤਾਬਕ ਰੱਬ ਦੇ ਸੰਵਿਧਾਨ ਹੁਕਮ ਦੀ ਵਿਆਖਿਆ ਕੀਤੀ ਹੈ, ਭਾਵ ਵਕੀਲਾਂ ਨੇ। ਇਸ ਲਈ ਵਕੀਲ ਭਾਵ ਵਿਚੋਲਾ, ਵਿਚੋਲਾ ਭਾਵ ਗੁਰੂ ਨਾਨਕ ਪਾਤਸ਼ਾਹ ਜੀ ਅਕਾਲ ਪੁਰਖ ਦੇ ਇਨਸਾਨ ਦੇ ਵਿੱਚ। ਇਸ ਲਈ ਅਸੀਂ ਨਿਰਸੰਕੋਚ ਕਹਿ ਸਕਦੇ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਬੀ ਸੰਵਿਧਾਨ ਦੀ ਵਿਆਖਿਆ ਹੈ ਅਤੇ ਇਸ ਮੁਤਾਬਕ ਜਿਉਣਾ ਸਚਿਆਰ ਹੋਣ ਦੇ ਉਸ ਰੱਬੀ ਹੁਕਮ ਦੀ ਤਾਮੀਲ ਹੈ ਜਿਹੜਾ ਸੰਸਾਰ ਦੇ ਸਿਰਜਣਾ ਕਾਲ ਤੋਂ ਜੀਵ ਦੇ ਨਾਲ ਲਿਖਿਆ ਔਰ ਨਾਲ ਨਾਲ ਚੱਲਦਾ ਆ ਰਿਹਾ ਹੈ। ਸੁਖੀ ਅਤੇ ਸਫਲ ਜੀਵਨ ਜਿਉਣ ਦਾ ਇਸ ਤੋਂ ਸਰਵੋਤਮ ਹੋਰ ਕੋਈ ਤਰੀਕਾ ਨਹੀਂ। ਸਤਿਗੁਰ ਦਾ ਫਰਮਾਨ ਹੈ ਜਬ ਲਗ ਹੁਕਮ ਨਾ ਬੁੱਝਤਾ ਤਬ ਹੀ ਲਓ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਅਸੀਂ ਪ੍ਰਤੱਖ ਦੇਖਦੇ ਹਾਂ ਕਿ ਹਰੇਕ ਦੇਸ਼ ਦੀ ਸਰਕਾਰ ਦਾ ਆਪਣਾ ਸੰਵਿਧਾਨ ਹੈ। ਸੰਵਿਧਾਨਕ ਕਾਨੂੰਨ ਨਿਯਮਾਂ ਮੁਤਾਬਕ ਚੱਲਣ ਵਾਲਾ ਨਾਗਰਿਕ ਆਦਰ ਮਾਣ ਪਾਉਂਦਾ ਹੈ ਅਤੇ ਸੁਖੀ ਵੀ ਜਿਉਂਦਾ ਹੈ, ਪਰ ਉਲੰਘਣਾ ਕਰਨ ਵਾਲਾ ਦੁਖੀ ਵੀ ਰਹਿੰਦਾ ਹੈ ਅਤੇ ਆਦਰ ਮਾਣ ਦੀ ਥਾਂ ਸਜ਼ਾ ਦਾ ਭਾਗੀ ਬਣਦਾ ਹੈ, ਸਰਕਾਰੀ ਸਜ਼ਾ ਦਾ ਭਾਗੀ ਬਣਦਾ। ਜਿਵੇਂ ਟ੍ਰੈਫਿਕ ਦੇ ਨਿਯਮਾਂ ਮੁਤਾਬਕ ਗੱਡੀ ਚਲਾਉਣ ਵਾਲਾ ਸੁਖੀ ਰਹਿੰਦਾ ਹੈ ਅਤੇ ਉਲੰਘਣਾ ਕਰਨ ਵਾਲਾ ਐਕਸੀਡੈਂਟ ਆਦਿ ਹੋਣ ਕਾਰਨ ਜਿੱਥੇ ਸਰੀਰਕ ਕਸ਼ਟ ਅਤੇ ਆਰਥਿਕ ਨੁਕਸਾਨ ਝੇਲਦਾ ਹੈ ਉੱਥੇ ਉਸ ਨੂੰ ਜੁਰਮਾਨਾ ਜਾਂ ਕੈਦ ਵੀ ਜਾਂ ਸਜ਼ਾ ਵੀ ਉਹਨੂੰ ਭੁਗਤਣੀ ਪੈਂਦੀ ਹੈ। ਅਜਿਹੇ ਕਾਨੂੰਨੀ ਵਿਹਾਰ ਵਿੱਚ ਕਿਸੇ ਪ੍ਰਕਾਰ ਦੀ ਵੈਰ ਭਾਵਨਾ ਨਹੀਂ ਹੁੰਦੀ। ਇਸ ਲਈ ਅੰਦਰ ਰਾਜਾ ਤਪਤ ਹੈ ਆਪੇ ਕਰੇ ਨਿਆਉ। ਸੋ ਸਤਿਸੰਗਤ ਜੀ, ਅੱਜ ਦੀ ਵਿਚਾਰ ਸਿਰਫ ਇੰਨੀ ਹੀ, ਅਸੀਂ ਉਹ ਕੰਮ ਨਹੀਂ ਕਰਨਾ ਜਿਸ ਜੋ ਕਿ ਗੁਰਮਤ ਅਨੁਸਾਰ ਨਹੀਂ ਹੈ ਅਤੇ ਤਾਂ ਹੀ ਅਸੀਂ ਰੱਬ ਅੱਗੇ ਸੱਚਿਆਰ ਨਹੀਂ ਹੋ ਸਕਾਂਗੇ। ਰੱਬ ਦਾ ਸਿਮਰਨ ਉਹੀ ਹੁੰਦਾ ਹੈ ਜੋ ਹਰ ਵੇਲੇ ਸਾਡੇ ਮਨ ਦੇ ਵਿੱਚ ਉਸ ਅਕਾਲ ਪੁਰਖ ਦੇ ਭਾਅ ਵਿੱਚ ਚੱਲਦਾ ਹੈ। ਸੋ ਸਤਿਸੰਗਤ ਜੀ, ਅਨੇਕ ਪ੍ਰਕਾਰ ਦੀਆਂ ਗਲਤੀਆਂ ਦਾਸ ਤੋਂ ਰਹਿ ਵੀ ਗਈਆਂ ਹੋਣਗੀਆਂ ਦਾਸ ਨੇ, ਸੋ ਅਗਰ ਕੋਈ ਗਲਤੀ ਹੋ ਗਈ ਹੋਵੇ ਤਾਂ ਬੇਨਤੀ ਹੈ ਕਿ ਖਿਮਾ ਕਰ ਦੇਣਾ। ਤੋ ਜਿਨ੍ਹਾਂ ਨੇ ਹੁਣ ਤੱਕ ਗੱਲ ਪੰਜਾਬ ਦੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਸਬਸਕ੍ਰਾਈਬ ਕਰ ਲੈਣ ਅਤੇ ਸਬਸਕ੍ਰਾਈਬ ਕਰਨ ਮਗਰੋਂ ਬੈੱਲ ਆਈਕਨ ਜ਼ਰੂਰ ਦਬਾਉਣ ਤਾਂ ਕਿ ਉਹਨਾਂ ਨੂੰ ਲੇਟੈਸਟ ਨੋਟੀਫਿਕੇਸ਼ਨਸ ਆਉਂਦੇ ਰਹਿਣ। ਤੋ ਸਤਿਸੰਗਤ ਜੀ, ਦਿਓ ਇਜਾਜ਼ਤ, ਦੇਖਦੇ ਰਹੋ,
ਗੱਲ ਪੰਜਾਬ ਦੀ ਟੀਵੀ, ਗੱਲ ਸਾਡੀ ਅਤੇ ਸਾਡੇ ਸਾਰਿਆਂ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।